ਸਿੱਖੀ ਦੀ ਗੱਲ ਆਪਾਂ ਕਰਦੇ ਹਾਂ। ਵੇਖਿਓ ਜਦੋਂ ਚਾਂਦਨੀ ਚੌਂਕ ਦਿੱਲੀ ਦੇ ਵਿੱਚ, ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਨੇ, ਉਧਰ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਕੌਣ ਬੈਠੇ ਨੇ ਪਿਆਰਿਓ? ਭਾਈ ਦਿਆਲ। ਅਖੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ, ਉਹ ਜਿਹੜੇ ਕਾਜੀ ਸੀ ਉਹ ਕਹਿ ਰਿਹਾ ਸੀ ਪਹਿਲਾਂ ਗੁਰੂ ਨੂੰ ਮਨਾਈਏ, ਸਿੱਖ ਤਾਂ ਆਪ ਹੀ ਮੰਨ ਜਾਣਗੇ। ਗੁਰੂ ਨੂੰ ਮਨਾ ਲਿਆ ਤੇ ਸਿੱਖ ਆਪ ਹੀ ਮੰਨ ਜਾਣਗੇ। ਤੇ ਅੱਜ ਬੜੀ ਵਾਰੀ ਸੁਣਿਆ ਆਪਾਂ ਨੇ ਇਤਿਹਾਸ, ਇਹ ਇਤਿਹਾਸ ਬੜੀ ਵਾਰੀ ਸੁਣਿਆ, ਇਹ ਗੱਲ ਬੜੀ ਵਾਰੀ ਸੁਣੀ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਪਤਾ ਕੀ ਕਿਹਾ ਸੀ ਪਿਆਰੇ? ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ, ਜਦੋਂ ਕਾਜੀ ਨੇ ਕਿਹਾ ਸੀ ਨਾ ਵੀ ਸਿੱਖਾਂ ਨੂੰ ਛੱਡੀਏ ਆਪਾਂ ਗੁਰੂ ਨੂੰ ਮਨਾਈਏ, ਜਦੋਂ ਗੁਰੂ ਮੰਨ ਜਾਏਗਾ ਤਾਂ ਸਿੱਖ ਆਪ ਹੀ ਮੰਨ ਜਾਣਗੇ, ਇਹਨਾਂ ਨੂੰ ਕਰਾਈਏ ਇਸਲਾਮ ਕਬੂਲ। ਵੇਖੋ ਕਿੰਨੇ ਇਸਲਾਮ ਵਾਲੇ ਮੁਸਲਮਾਨ ਬਣ ਜਾਣਗੇ ਇੱਥੇ, ਕਿੰਨੇ ਹੋ ਜਾਣਗੇ ਇਸਲਾਮ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਤਾ ਕੀ ਕਿਹਾ ਸੀ? ਜਦੋਂ ਆਏ ਨਾ ਕਾਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਉਣ ਲੱਗਿਆ ਕਾਜੀ, ਤੇ ਗੁਰੂ ਸਾਰੇ ਸੁਣਿਓ ਪਿਆਰਿਓ ਧਿਆਨ ਦੇ ਨਾਲ, ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਪੁੱਛਿਆ ਵੀ ਕਰ ਲਓ ਜੀ ਇਸਲਾਮ ਕਬੂਲ, ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕਾਜੀ ਸਭ ਤੋਂ ਪਹਿਲਾਂ ਇੰਜ ਕਰ, ਮੈਨੂੰ ਨਾ ਪੁੱਛ, ਭਾਈ ਮਤੀ ਦਾਸ ਨੂੰ ਪੁੱਛ। ਵੇਖੀ ਭਾਈ ਮਤੀ ਦਾਸ ਨੂੰ ਪੁੱਛ, ਉਹਨੂੰ ਮਨਾ ਜੇ ਮੰਨਦਾ। ਭਾਈ ਦਿਆਲਾ ਜੀ ਨੂੰ ਪੁੱਛ, ਉਹਨੂੰ ਮਨਾ ਜੇ ਮੰਨਦਾ। ਭਾਈ ਸਤੀ ਦਾਸ ਨੂੰ ਪੁੱਛ, ਉਹਨੂੰ ਮਨਾ ਜੇ ਮੰਨਦਾ। ਉਹਨਾਂ ਨੂੰ ਮਨਾ ਜੇ ਉਹ ਮੰਨਦੇ ਨੇ। ਵੇਖੋ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖਾਂ ਤੇ ਕਿੰਨਾ ਭਰੋਸਾ ਹੋਣਾ, ਆ ਇਹ ਗੱਲ ਸੋਚਣ ਵਾਲੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖਾਂ ਤੇ ਕਿੰਨਾ ਕੁ ਭਰੋਸਾ ਹੋਣਾ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵਾਂ ਖੜੀ ਕਰਕੇ ਵੀ ਜਾਓ ਮਤੀ ਦਾਸ ਨੂੰ ਮਨਾਓ ਪਹਿਲਾਂ, ਭਰੋਸਾ। ਪਰ ਅੱਜ ਕਹਿ ਸਕਦੇ ਹਾਂ ਵੀ ਇਹ ਸਿੱਖ ਮੇਰੇ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਨਾ, ਇਨ ਪੁੱਤਰਨ ਕੇ ਸ਼ੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਹਿ ਸਕਣਗੇ ਵੀ ਇਹ ਸਿੱਖ ਨੇ ਮੇਰੇ? ਨਹੀਂ, ਭਰੋਸਾ ਨਹੀਂ ਅੱਜ, ਕਿਉਂ? ਗੁਰੂ ਦੇ ਨਕਸ਼ੇ ਹੋਏ ਕਦਮਾਂ ਤੇ ਨਹੀਂ ਤੁਰ ਰਹੇ। ਲੋੜ ਹੈ ਪਿਆਰਿਓ, ਅੱਜ ਭਰੋਸਾ ਖਤਮ ਹੁੰਦਾ ਜਾ ਰਿਹਾ, ਸਿੱਖ ਨੂੰ ਸਿੱਖ ਤੇ ਭਰੋਸਾ ਨਹੀਂ, ਨਹੀਂ ਨਾ ਰਿਹਾ ਹੈ ਪਿਆਰ ਵਾਲੀ ਗੱਲ ਫਿਰ, ਕਿਉਂਕਿ ਅਸੀਂ ਬਾਣੀ ਨਾਲੋਂ ਟੁੱਟ ਗਏ, ਅਸੀਂ ਮੂਲ ਨਾਲੋਂ ਟੁੱਟ ਗਏ। ਮੈਨੂੰ ਦੱਸਿਓ ਵੀਰੋ, ਜਿਹੜਾ ਦਰਖਤ ਹੈ, ਜਿਹੜਾ ਦਰਖਤ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਏ ਕੀ ਹੋਏਗਾ? ਸੁੱਕ ਜਾਏਗਾ ਨਾ, ਸੁੱਕ ਜਾਏਗਾ, ਉਹਦੀ ਛਾਂ ਵੀ ਨਹੀਂ ਕੋਈ ਲੈਂਦਾ। ਉਹਨੂੰ ਵੱਢ ਕੇ ਕੀ ਕਰਦੇ ਨੇ ਲੋਕੀ? ਅੱਗ ਚ ਦਿੰਦੇ ਨੇ। ਕਿਉਂ? ਆਪਾਂ ਆਪਣੇ ਮੂਲ ਨਾਲੋਂ ਟੁੱਟੇ ਪਏ ਹਾਂ। ਆ ਪੜ੍ਹ ਗੁਰਬਾਣੀ, ਪੜ੍ਹ ਆਪਣੇ ਮਨ ਨੂੰ ਜਗਾ, ਸਮਾਂ ਸੰਭਾਲ, ਸਮੇਂ ਨੂੰ ਸੰਭਾਲਣ ਦੀ ਬੜੀ ਲੋੜ ਹੈ। ਕੀ ਕਰ? ਜਿਹੜਾ ਭੂਤ ਕਾਲ ਹੈ, ਜਿਹੜਾ ਬੀਤ ਗਿਆ ਉਹਦੇ ਬਾਰੇ ਕੀ ਕਰ? ਜਿਹੜਾ ਬੀਤ ਗਿਆ ਉਹ ਤੋਂ ਸਿੱਖ, ਵਰਤਮਾਨ ਨੂੰ ਸੰਭਾਲ। ਅੱਜ ਦੇ ਸਿੱਖ ਨੇ ਨਾ ਜਿਹੜੇ, ਮੈਂ ਵੀ ਵਿੱਚ ਆਈ ਹਾਂ, ਵਰਤਮਾਨ ਨੂੰ ਨਹੀਂ ਸੰਭਾਲਦੇ। ਵਰਤਮਾਨ ਨੂੰ ਸੰਭਾਲੀਏ, ਜਿਹੜਾ ਬੀਤ ਗਿਆ ਉਹ ਤੋਂ ਸਿੱਖੀਏ, ਵਰਤਮਾਨ ਨੂੰ ਸੰਭਾਲੀਏ ਤੇ ਭਵਿੱਖ ਕਾਲ ਦੀ ਵਿਉਂਤਪੰਦ ਕਰੀਏ ਵੀ ਅਸੀਂ ਇਹ ਕੰਮ ਕਰਨਾ। ਕਦੇ ਵੀ ਮਾਰ ਨਹੀਂ ਖਾਵਾਂਗੇ, ਆਪਣੇ ਗੁਰੂ ਤੋਂ ਸੇਧ ਲਈਏ, ਹਰ ਸਮੇਂ ਪੋਜ਼ਿਟਿਵ ਪੋਜ਼ਿਟਿਵ ਰਹੀਏ, ਨੈਗੇਟਿਵ ਨਾ ਰਹੀਏ, ਹਰ ਇੱਕ ਨਾਲ ਪਿਆਰ ਨਾਲ ਗੱਲ ਕਰਕੇ ਤਾਂ ਵੇਖੋ ਵੇਖੋ ਸਕੂਨ ਮਿਲਦਾ। ਫਿਰ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਸਿੱਖ ਗੁਰ ਮਿਲ ਚੱਜ ਅਚਾਰ, ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਆਓ ਆਪਾਂ ਗੁਰੂ ਦੇ ਨਕਸ਼ੇ ਹੋਏ ਕਦਮਾਂ ਤੇ ਤੁਰੀਏ। ਵੇਖੋ ਤੁਰ ਕੇ ਜਿਹੜਾ ਵੀ ਗੱਲ ਕਰਦਾ ਜੀ ਕੀ ਨੈਗੇਟਿਵਿਟੀ, ਪਰ ਜਿਹਨੂੰ ਵੀ ਮਿਲੀਏ ਨੈਗੇਟਿਵਿਟੀ, ਇੰਨੀ ਨੈਗੇਟਿਵ ਨੈਗੇਟਿਵ ਰਹਿੰਦੇ ਹਾਂ, ਹਾਲਾਤ ਜਿੱਦਾਂ ਦੇ ਬਣੇ ਹੋਏ ਨੇ।